ਸਟ੍ਰੈਟੀਫਿਕੇਸ਼ਨ ਇਨ ਐਨ ਇਕੋਸਿਸਟਮ ਸਟ੍ਰੈਟੀਫਿਕੇਸ਼ਨ ਸਮਝਣ ਦੇ ਲਈ ਤੁਹਾਨੂੰ ਸਟੇਟ ਆਫ ਵਰਡ ਦਾ मीनिंग ਸਮਝਣਾ ਪੈਣਾ ਬਾਇਓਲੋਜੀ ਦੇ ਵਿੱਚ ਜਦੋਂ ਵੀ ਸਟ੍ਰੇਟਾ ਟਰਮ ਆ ਜੇ ਸਟ੍ਰੇਟਾ ਟਰਮ ਦਾ ਮਤਲਬ ਹੁੰਦਾ ਲੇਅਰਸ ਓਕੇ ਸਟ੍ਰੇਟਾ ਟਰਮ ਦਾ मीनिंग ਹੁੰਦਾ ਬਾਇਓਲੋਜੀ ਦੇ ਵਿੱਚ ਲੇਅਰਸ ਤਾਂ ਸਟ੍ਰੈਟੀਫਿਕੇਸ਼ਨ ਦਾ मीनिंग ਕੀ ਹੋਇਆ ਇਹਦਾ ਮਤਲਬ ਹੋਇਆ ਜਦੋਂ ਕਾਫੀ ਜ਼ਿਆਦਾ ਲੇਅਰਸ ਇਕੱਠੀਆਂ ਹੋ ਕੇ ਇੱਕ ਅਰੇਂਜਮੈਂਟ ਬਣਾਉਣ ਧਿਆਨ ਨਾਲ ਸੁਣੋ ਜਦੋਂ ਕਾਫੀ ਜ਼ਿਆਦਾ ਲੇਅਰਸ ਇਕੱਠੀਆਂ ਹੋ ਕੇ ਇੱਕ ਅਰੇਂਜਮੈਂਟ ਬਣਾਉਣ ਇੱਕ ਪ੍ਰੋਪਰ ਅਰੇਂਜਮੈਂਟ ਬਣਾਉਣਾ ਤੁਹਾਨੂੰ ਪਾਸ ਸਟੈਟਿਫਿਕੇਸ਼ਨ ਕਹਿ ਦਿੰਦੇ ਆ ਠੀਕ ਆ ਇਹਨੂੰ ਹੋਰ ਜਿਹੜੀ ਆ ਡੈਫੀਨੇਸ਼ਨ ਆ ਦਿ ਵਰਟੀਕਲ ਡਿਸਟ੍ਰਿਬਿਊਸ਼ਨ ਆਫ ਡਿਫਰੈਂਟ ਸਪੀਸੀਜ਼ ਓਕੂਪਾਈਂਗ ਡਿਫਰੈਂਟ ਲੈਵਲਸ ਇਨ ਐਨ ਇਕੋਸਿਸਟਮ ਇਜ਼ ਵਾਟ ਵੀ ਕਾਲ ਸਟੈਟਿਫਿਕੇਸ਼ਨ ਇਹਨੂੰ ਸਮਝਣ ਦੇ ਲਈ ਇੱਕ ਐਗਜ਼ਾਮਪਲ ਨੂੰ ਸਮਝਣਾ ਜ਼ਰੂਰੀ ਆ ਐਕਚੁਅਲੀ ਦੇ ਵਿੱਚ ਜਿਹੜਾ ਆਪਣੇ ਕੋਲੇ ਸਟੈਟੀਫਿਕੇਸ਼ਨ ਹੁੰਦਾ ਉਹ ਤਿੰਨ ਤਰ੍ਹਾਂ ਦਾ ਹੁੰਦਾ ਫੋਰੈਸਟ ਸਟੈਟੀਫਿਕੇਸ਼ਨ ਮਾਊਂਟੇਨ ਸਟੈਟੀਫਿਕੇਸ਼ਨ ਐਂਡ ਲੇਕ ਸਟੈਟੀਫਿਕੇਸ਼ਨ ਇਹਦੇ ਵਿੱਚ ਜਿਹੜੀ ਐਗਜ਼ਾਮਪਲ ਡਿਸਕਸ ਕਰਨੀ ਆ ਉਹ ਕਰਨੀ ਆ ਆਪਾਂ ਫੋਰੈਸਟ ਸਟੈਟੀਫਿਕੇਸ਼ਨ ਦੀ ਫੋਰੈਸਟ ਦੇ ਵਿੱਚ ਜੇ ਆਪਾਂ ਦੇਖੀਏ ਜੇ ਆਪਾਂ ਪlant species ਦੀ ਗੱਲ ਕਰੀਏ ਮੇਲ ਜਾਂ ਆਪਾਂ plant species ਦੀ ਹੀ ਗੱਲ ਕਰਦੇ ਹੁੰਦੇ ਆ ਸਟੈਟੀਫਿਕੇਸ਼ਨ ਦੇ ਵਿੱਚ ਜੇ ਆਪਾਂ ਪਲੈਂਟ ਸਪੀਸੀਸ ਦੀ ਗੱਲ ਕਰੀਏ ਜੇ ਆਪਾਂ ਮੰਨੀਏ ਕਿ ਇਹ ਆਪਣਾ ਗਰਾਊਂਡ ਆ ਗਰਾਊਂਡ ਤੇ ਸਭ ਤੋਂ ਥੱਲੇ ਕਿਹੜੇ ਹੁੰਦੇ ਆ ਸਭ ਤੋਂ ਥੱਲੇ ਹੁੰਦੇ ਆ ਜਿਹੜੀਆਂ ਸਪੀਸੀਸ ਜਿਹੜੀਆਂ ਪਲੈਂਟ ਸਪੀਸੀਸ ਹੁੰਦੀਆਂ ਉਹਨਾਂ ਨੂੰ ਆਪਾਂ ਕਹਿ ਦਿੰਨੇ ਆ ਸਰਫੇਸ ਡਿਵੈਲਰਸ ਸਰਫੇਸ ਡਿਵੈਲਰਸ ਦਾ ਮਤਲਬ ਜਿਹੜੇ ਕਿ ਇੱਥੇ ਹੀ ਰਹਿੰਦੇ ਆ ਲਾਈਕ ਗਰਾਸ ਵਗੈਰਾ ਠੀਕ ਆ ਇਸ ਤੋਂ ਬਾਅਦ ਆ ਜਾਂਦੀਆਂ ਇਸ ਤੋਂ ਉੱਤੇ ਵਾਲੀਆਂ ਸਪੀਸੀਸ ਇਸ ਤੋਂ ਉੱਤੇ ਵਾਲੀਆਂ ਸਪੀਸੀਸ ਕਿਹੜੀਆਂ ਜਿਹੜੀਆਂ ਥੋੜੀਆਂ ਜਿਹਾ ਵੱਡੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਹਰब्स ਠੀਕ ਹੈ ਮਤਲਬ ਕਿ ਏ ਵਾਲਾ ਏਰੀਆ ਇਹਨਾਂ ਦਾ ਹੈ ਇਸ ਤੋਂ ਬਾਅਦ ਇਸ ਤੋਂ ਹੋਰ ਉੱਤੇ ਵਾਲੀਆਂ ਸਪੀਸੀਜ਼ ਆ ਜਾਂਦੀਆਂ ਜਿਨ੍ਹਾਂ ਨੂੰ ਆਪਾਂ ਜਿਹੜੀਆਂ ਇਹਨਾਂ ਤੋਂ ਹੋਰ ਵੱਡੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਅੰਡਰ ਸ਼ਰब्स ਓਕੇ ਇਸ ਤੋਂ ਬਾਅਦ ਹੋਰ ਆ ਜਾਂਦੀਆਂ ਨੇ ਸਪੀਸੀਜ਼ ਜਿਨ੍ਹਾਂ ਨੂੰ ਆਪਾਂ ਸ਼ਰब्स ਕਹਿ ਦਿੰਨੇ ਆ ਜਿੰਨਾਂ ਉੱਪਰ ਕੀ ਕਹਿੰਦੇ ਨੇ ਸ਼ਰਾਬਸ ਇਸ ਵਸ ਸਭ ਤੋਂ ਲਾਸਟ ਦੇ ਕਿੜੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਟਰੀਜ਼ ਕਹਿੰਦੇ ਆ ਜਿਹੜੀਆਂ ਇੱਥੋਂ ਲੈ ਕੇ ਇੱਥੇ ਤੱਕ ਚਲੇ ਜਾਂਦੇ ਆ ਯਾਨੀ ਕਿ ਇਹਨਾਂ ਨੂੰ ਟਰੀਜ਼ ਕਹਿ ਦਿੰਦੇ ਆ ਠੀਕ ਹੈ ਹੁਣ ਦੇਖੋ ਜਿਹੜੀ ਫਰਸਟ ਵਾਲੀ ਲੇਅਰ ਆ ਇਹ ਵਾਲੀ ਲੇਅਰ ਇਹਨੂੰ ਵੀ ਆਪਾਂ ਸਟ੍ਰੇਟਾ ਕਹਾਂਗੇ ਓਕੇ ਇਹ ਫਰਸਟ ਸਟ੍ਰੇਟਾ ਇਹ ਸੈਕਿੰਡ ਸਟ੍ਰੇਟਾ ਇਹ 3rd ਡਾਟਾ ਇਹ 4th ਡਾਟਾ ਐਂਡ 5th ਡਾਟਾ ਓਕੇ ਤਾਂ ਇਹਨਾਂ ਨੇ ਕਿਹਾ ਹੋਇਆ ਵਰਟੀਕਲ ਡਿਸਟ੍ਰਿਬਿਊਸ਼ਨ ਡਿਸਟ੍ਰਿਬਿਊਸ਼ਨ ਦਾ ਮਤਲਬ ਆ ਅਰੇਂਜਮੈਂਟ ਵਰਟੀਕਲ ਅਰੇਂਜਮੈਂਟ ਆਫ ਡਿਫਰੈਂਟ ਸਪੀਸੀਜ਼ ਦੇਖੋ ਇੱਥੇ نیچے ਆ ਗੀਆਂ ਸਰਫੇਸ ਡਿਵੈਲਰਸ ਆ ਗੀਆਂ ਹਰब्स ਆ ਗੀਆਂ ਮਤਲਬ ਸਰਫੇਸ ਡਿਵੈਲਰਸ ਨੂੰ ਹੀ ਹਰब्स ਕਿਹਾ ਜਾਂਦਾ ਐਕਚੁਅਲੀ ਅ ਥੈਨ ਅੰਡਰ ਸ਼ਰਬਸ ਆ ਗੀਆਂ ਸ਼ਰਬਸ ਆ ਗੀਆਂ ਐਂਡ ਟਰੀਜ਼ ਆ ਗੀਆਂ ਡਿਫਰੈਂਟ ਡਿਫਰੈਂਟ ਸਪੀਸੀਜ਼ ਦਾ ਵਰਟੀਕਲ ਅਰੇਂਜਮੈਂਟ ਹੈ ਇੱਥੇ ਵਰਟੀਕਲ ਅਰੇਂਜਮੈਂਟ ਕਿਦਾਂ ਜੇ ਆਪਾਂ ਇੱਥੇ ਇੱਕ ਲਾਈਨ ਡਰਾ ਕਰੀਏ ਵਰਟੀਕਲੀ ਤਾਂ ਨੀ ਸਭ ਤੋਂ ਨੀਚੇ ਕਿਹੜੀ ਆ ਰਹੀ ਹੈ ਹਰਬਸ ਜਾਨੀ ਕਿ ਸਰਫੇਸ ਡਿਵੈਲਪਸ ਫਿਰ ਅੰਡਰ ਸ਼ਰਬਸ ਫਿਰ ਆ ਰਹੀਆਂ ਨੇ ਸ਼ਰਬਸ ਫਿਰ ਆ ਰਹੀਆਂ ਟ੍ਰੀਸ ਓਕੇ ਤਾਂ ਇਹ ਵਰਟੀਕਲੀ ਅਰੇਂਜ ਨੇ ਠੀਕ ਹੈ ਡਿਫਰੈਂਟ ਡਿਫਰੈਂਟ ਸਪੀਸੀਜ਼ ਆਕੂਪਾਈਂਗ ਡਿਫਰੈਂਟ ਲੈਵਲਸ ਉਨੇ ਦਾ ਮਤਲਬ ਸਮਝੋ ਅਕੂਪਾਈਂਗ ਡਿਫਰੈਂਟ ਲੈਵਲਸ ਦਾ ਮਤਲਬ ਕੀ ਆ ਮਤਲਬ ਕਿ ਇਹਨਾਂ ਦਾ ਗਰੋ ਕਰਨ ਦਾ ਜਿਹੜਾ ਲੈਵਲ ਆ ਉਹ ਅਲੱਗ ਆ ਹੁਣ ਟਰੀਜ਼ ਆ ਜਿਹੜੇ ਉਹ ਨੀਚੋਂ ਤੋਂ ਤਾਂ ਨਹੀਂ ਗਰੋ ਕਰਨਗੇ ਉੱਪਰ ਹੀ ਗਰੋ ਕਰਨਗੇ ਇਦਾਂ ਦਾ ਠੀਕ ਆ ਇਹਨਾਂ ਦਾ ਏਰੀਆ ਅਲੱਗ ਆ ਸ਼ਰਬਸ ਦਾ ਏਰੀਆ ਅਲੱਗ ਆ ਡਿਫਰੈਂਟ ਲੈਵਲ ਆ ਇਹਨਾਂ ਦੇ ਲੈਵਲ ਅਲੱਗ ਆ ਅੰਡਰ ਸ਼ਰਬਸ ਦਾ ਲੈਵਲ ਅਲੱਗ ਆ ਤੇ ਹਰਬਸ ਦਾ ਲੈਵਲ ਅਲੱਗ ਆ ਗਰੋ ਕਰਨ ਦਾ ਲੈਵਲ ਠੀਕ ਆ occupying different levels occupying different levels ਦਾ ਮਤਲਬ ਕੀ ਆ डिफरेंट डिफरेंट ਲੈਵਲ ਤੇ ਜਾ ਕੇ ਗਰੋ ਕਰਨਗੇ ਟਰੀਜ਼ ਦਾ ਜਿਹੜਾ ਗਰੋ ਗਰੋ ਵਾਲਾ ਲੈਵਲ ਆ ਉਹ ਅਲੱਗ ਆ ਸ਼ਰब्स ਦਾ ਅਲੱਗ ਆ ਅੰਡਰ ਸ਼ਰब्स ਦਾ ਅਲੱਗ ਆ ਹੌਬਸ ਜਾਨੀ ਕਿ ਸਰਫੇਸ ਡਵੇਲਰਸ ਅਲੱਗ ਆ ਇਹਨਾਂ ਨੇ ਇਕੋਸਿਸਟਮ ਠੀਕ ਆ ਸਿੰਪਲ ਹੋ ਗਿਆ ਕਲੀ ਸਟੈਟੀਫਿਕੇਸ਼ਨ ਕੀ ਆ ਕੁਛ ਨਹੀਂ ਆ ਵਰਟੀਕਲ ਡਿਸਟ੍ਰਿਬਿਊਸ਼ਨ ਆ ਵਰਟੀਕਲ ਅਰੇਂਜਮੈਂਟ ਆ डिफरेंट ਸਪੀਸੀਜ਼ ਦਾ ਪਲਾਂਟ ਸਪੀਸੀਜ਼ ਦੇ ਫਾਰ ਐਗਜ਼ਾਮਪਲ ਲੈਂਦੀ ਆ অকਪਾਈਂਗ डिफरेंट ਲੈਵਲਸ ਡਿਫਰੈਂਟ ਡਿਫਰੈਂਟ ਲੈਵਲ ਤੇ ਨੇ ਟਰੀ ਲੱਗਦੇ ਆ ਸ਼ਰਬ ਲੱਗਦੇ ਆ ਅੰਡਰ ਸ਼ਰਬ ਲੱਗਦੇ ਆ ਹਬਜ਼ ਲੱਗਦੇ ਆ ਠੀਕ ਹੈ ਇਹਨਾਂ ਨੇ ਇਕੋਸਿਸਟਮ ਦੈਟ ਇਜ਼ ਵਾਟ ਵੀ ਕਾਲ ਸਟੈਟੀਫਿਕੇਸ਼ਨ ਹੁਣ ਕੁਐਸਚਨ ਕੀ ਬਣ ਕੇ ਆਉਂਦਾ ਨੀਟ ਦੇ ਵਿੱਚ ਕੁਐਸਚਨ ਨਹੀਂ ਬਣ ਕੇ ਆਉਂਦਾ ਕਿ ਅਪਰ ਸਟ੍ਰੇਟਾ ਕਿਹੜਾ ਆ ਅਪਰ ਸਟ੍ਰੇਟਾ ਕਿਹੜਾ ਆ ਐਂਡ ਲੋਅਰ ਸਟ੍ਰੇਟਾ ਕਿਹੜਾ ਆ ਦਾ ਫੋਰੈਸਟ ਵਾਲੇ ਜਿਹੜੇ ਸਟੈਟੀਫਿਕੇਸ਼ਨ ਆ ਉਹਦੇ ਵਿੱਚ ਸਭ ਤੋਂ ਉੱਪਰ ਕੀ ਹੋਣਾ ਟਰੀਜ਼ ਦ ਟਰੀਜ਼ ਆ ਜਿਹੜੇ ਉਹ ਅਪਰ ਸਟ੍ਰੇਟਾ ਸਭ ਤੋਂ نیچے ਕੀ ਹੈ ਸਰਫੇਸ ਡਿਵੈਲਪਰਸ ਜਾਨੀ ਕਿ ਹਬਸ ਇਹ ਲੋਅਰ ਸਟ੍ਰੇਟਾ ਆ ਗਈ ਠੀਕ ਆ ਇਹ ਕੁਐਸਚਨ ਆਉਂਦਾ ਆ ਫੋਰੈਸਟ ਸਟ੍ਰੈਟੀਫਿਕੇਸ਼ਨ ਦੇ ਵਿੱਚ ਅਪਰ ਸਟ੍ਰੇਟਾ ਕਿਹੜਾ ਲੋਅਰ ਸਟ੍ਰੇਟਾ ਕਿਹੜਾ ਸਟ੍ਰੇਟਾ ਮੀਨਸ ਲੇਅਰ ਓਕੇ